ਇਹ ਮੇਰੇ ਪੇਸ਼ੈਂਟ ਸੀ ਜੀ ਜਗਵੀਰ ਸਿੰਘ ਜੀ ਤੇ ਇਹ ਇਨਸੂਲਿਨ ਤੇ ਸੀ ਇਹਨਾਂ ਨੂੰ ਕਿ ਡਾਇਬੀਟਿਸ ਦੀ ਪ੍ਰੋਬਲਮ ਸੀ ਠੀਕ ਹੈ ਫਿਰ ਇਹ ਦਿਵਯ ਉਪਚਾਰ ਸੰਸਥਾਨ ਇੱਥੇ ਜੁੜੇ ਆ ਆਪਣੇ ਨਾਲ 5-6 ਮਹੀਨੇ ਪਹਿਲਾਂ ਤੇ ਹੁਣ ਇਹ ਬਿਲਕੁਲ ਠੀਕ ਹੈ ਇਹ ਇਨਸੂਲਿਨ ਦਾ ਇੱਕ ਵੀ ਇੰਜੈਕਸ਼ਨ ਨਹੀਂ ਲੈ ਰਹੇ ਵੀ ਜੀ ਪਹਿਲਾਂ ਤੁਹਾਨੂੰ ਇਨਸੂਲਿਨ ਦੇ ਕਿੰਨੇ ਯੂਨਿਟ ਲੈਂਦੇ ਸੀ ਪਹਿਲੇ ਵੀ 14 ਜਨ ਪੈਂਦਾ ਸੀ 14 ਸ਼ਾਮ 14 ਸ਼ਾਮ 14 ਸਵੇਰ ਤੇ 14 ਸ਼ਾਮ ਨੂੰ ਠੀਕ ਹੈ ਜੀ ਹੁਣ ਬਿਲਕੁਲ ਨਹੀਂ ਕਿਸੇ ਯੂਨਿਟ ਦੀ ਯੂਜ਼ ਕੀਤੀ ਨਾ ਜੋਂਤ ਮੈਂ ਗੋਲੀ ਕੋਈ ਲੈਂਦਾ ਕੋਈ ਨਹੀਂ ਲੈ ਰਹੇ ਤੇ ਬਾਕੀ ਹੋਰ ਪ੍ਰੋਬਲਮਾਂ ਵੀ ਤੁਹਾਡੇ ਨਾਲ ਠੀਕ ਐ ਇਸਦੇ ਹਾਂਜੀ ਸਭ ਠੀਕ ਉਹ ਠੀਕ ਐ ਇਸ ਤੋਂ ਬਿਨਾਂ ਤੁਹਾਡੇ ਕੌਣ ਕੌਣ ਪਰਿਵਾਰ ਚ ਪਹਿਲਾਂ ਵੀ ਮੈਡੀਸਨ ਲੈ ਕੇ ਗਏ ਆ ਮੇਰੇ ਫਾਦਰ ਸਾਹਿਬ ਪਹਿਲਾਂ ਲੈਂਦੇ ਰਹੇ ਹਾਂਜੀ ਮਾਤਾ ਜੀ ਇੱਥੇ ਲੈਂਦੇ ਉਹ ਠੀਕ ਐ ਹੁਣ ਬਿਲਕੁਲ ਬਿਲਕੁਲ ਠੀਕ ਠੀਕ ਐ ਜੀ ਚਲੋ ਜਗਵੀਰ ਸਿੰਘ ਤੁਹਾਡਾ ਧੰਨਵਾਦ ਜੀ ਬੀਪੀ ਸ਼ੂਗਰ ਫੈਟ ਲਿਵਰ ਜਿਸੀ ਬਿਮਾਰੀਆਂ ਨੂੰ ਕਰੇ ਰਿਵਰਸ ਬਿਨਾਂ ਕਿਸੇ ਦਵਾ ਕੇ ਅਬ ਆਪ ਵੀ ਬਿਨਾਂ ਕਿਸੇ ਦਵਾ ਕੇ ਆਪਣੀ ਬਿਮਾਰੀ ਕੋ ਠੀਕ ਕਰ ਸਕਤੇ ਹੈ खान पान में बदलाव करके आप किसी भी बीमारी से आराम पा सकते हैं आज ही स्क्रीन पर दिखाई दे रहे नंबर पर कॉल करें और वीडियो कंसल्टेशन के जरिए हमारे डॉक्टर से अपनी बीमारी के अनुसार डाइट प्लान प्राप्त करें